ਜੈ ਡੁੱਗਰ ਜੈ ਜੰਮੂ, ਮੈਂ ਸੁਦਰਸ਼ਨ ਭਾਰਗਵ, ਤੁਸੀਂ ਦਿਖਾ ਦਿਓ ਐਸ ਬੀ ਕਠੂਆ। ਜਿਵੇਂ ਕਿ ਤੁਸੀਂ ਪਤਾ ਕਿ ਪਿਛਲੇ 3-4 ਦਿਨ ਦੀ ਇੰਨੀ ਗਰਮੀ ਹੋ ਆਦੀ ਹੈ ਨਾ, ਗਰਮੀ ਦਾ ਬੁਰਾ ਹਾਲ ਹੋ ਆਦਾ। ਔਰ ਇਸ ਵੇਲੇ ਅਸ ਖੜੋਤੇ ਹਾਂ ਮੈਡੀਕਲ ਕਾਲਜ ਕਠੂਆ। ਇੱਥੇ ਲੋਕ ਪੇਸ਼ੈਂਟ ਆਉਂਦੇ ਨੇ, ਮਰੀਜ਼ ਆਉਂਦੇ ਨੇ, ਬੜੀ ਬੜੀ ਦੂਰੋਂ ਆਉਂਦੇ, ਗ੍ਰਾਂ ਦਾ ਪਿੰਡ ਦਾ ਆਉਂਦੇ ਲੋਕ, ਇੱਥੇ ਮੈਡੀਕਲ ਕਾਲਜ ਪੇਸ਼ੈਂਟ ਲਈ ਆਉਂਦੇ, ਆਪਣੇ ਰਿਸ਼ਤੇਦਾਰ ਲਈ ਆਉਂਦੇ ਨਾ, ਅਤੇ ਇੱਥੇ ਰਿਸ਼ਤੇਦਾਰ ਦੱਸਣ ਆਉਂਦੇ ਨੇ ਡਾਕਟਰ ਕੋਲ। ਉਹਦੇ ਬਾਅਦ 'ਚ ਅਗਰ ਕਿਸੇ ਬੰਦੇ ਜੀ ਜਾਂ ਕਿਸੇ ਮਰੀਜ਼ ਜੀ ਤ੍ਰੇਹ ਲੱਗਿਆ ਜਾਂ ਪਾਣੀ ਪੀਣਾ ਹੋਇਆ ਨਾ, ਤਾਂ ਮਹਾਰਾਜ ਇੱਥੇ ਪਾਣੀ ਦੇ 3-4 ਇੱਥੇ ਉਹ ਲੱਗੇ ਦੇਣੇ ਵਾਟਰ ਕੂਲਰ, ਲੇਕਿਨ ਪਾਣੀ ਤੁਹਾਨੂੰ ਇੱਕ ਨਹੀਂ ਮਿਲਣਾ। ਇਹ ਜ਼ਰੂਰ ਹੈ ਕਿ ਜਿਹੜੀਆਂ ਇੱਥੇ ਕੰਟੀਨਾਂ ਖੁੱਲ੍ਹੀ ਦੀਆਂ ਉਹਦੀ ਚਾਂਦੀ ਹੋ ਆਦੀ ਹੈ, ਕਹਿ ਕਿ ਜਿਹਨੇ ਪਾਣੀ ਪੀਣਾ ਉਹ ਕੰਟੀਨ 'ਚ ਬਹੁਤ ਲੈਂਦਾ, 20 ਰੁਪਏ ਦੇ ਪਾਣੀ ਪੀਂਦਾ, ਲੇਕਿਨ ਇੱਥੇ ਮੈਡੀਕਲ ਕਾਲਜ 'ਚ 3-4 ਵਾਟਰ ਕੂਲਰ ਐਸੇ ਨੇ ਲੱਗੇ, ਇੱਥੇ ਪਾਣੀ ਲੋਕਾਂ ਨੇ ਠੰਡਾ ਪਾਣੀ ਮਿਲਾ ਪੀਣ ਵਾਸਤੇ। ਇਹ ਦੇਖੋ ਮੈਂ ਤੁਹਾਨੂੰ ਸਹਿਯੋਗੀ ਲਾਗਾ ਕਿ ਇਹ ਦੇਖੋ ਇੱਕ ਇਹ ਲੱਗੇ ਦਾ, ਇਹ ਲੱਗੇ ਦਾ ਪਾਣੀ ਦੇ ਚੰਨੀ, ਇੱਕ ਇਹ ਦੇਖੋ, ਇਹ ਦੂਆ ਲੱਗੇ ਦਾ ਪਾਣੀ ਇਹਦੇ 'ਚ ਆਵਾ ਦਾ, ਇਹ ਦੇਖੋ ਪਰ ਗਰਮ ਪਾਣੀ ਹੈ, ਜਿਵੇਂ ਕੋਈ ਨਾ ਜਵੈਣ ਖਾਣੇ ਦੀ ਢਿੱਡ ਪੀੜ ਹੋ ਜਾਊ ਸਹੀ, ਅਤੇ ਜਵੈਣ ਖਾਣਾ ਸਰ ਉਹ ਪਾਣੀ ਗਰਮ ਹੈ, ਇਹ ਦੋ ਹੀ ਹੈ। ਤ੍ਰੀਆ ਉਹ ਮੇਰੇ ਸਾਹਮਣੇ ਲੱਗਿਆ, ਉਹ ਦੇਖੋ ਸਾਹਮਣੇ ਪਾਣੀ ਉਹਦੇ 'ਚ ਬਿਆਨੀ ਹੈ, ਉਹ ਮੈਂ ਸਹਿਯੋਗੀ, ਉਹ ਦੇਖੋ ਪਾਣੀ ਉਹਦੇ 'ਚ ਬਿਆਨੀ। ਇਹ ਮੇਰੇ ਸਹਿਯੋਗੀ ਨੇ, ਇੱਕ ਦੋਸਤ ਨੇ ਜਿਹੜੇ, ਇਹ ਸਾਡੇ ਐਸ ਬੀ ਕਠੂਆ ਦੇ ਬੜੇ ਸ਼ੁਭ ਚਿੰਤਕ ਨੇ, ਔਰ ਇਹ ਵੀ ਇੱਥੇ ਅੱਜ ਇੱਥੇ ਆਏ ਨੇ, ਅਤੇ ਇੱਥੇ ਪਾਣੀ ਪੀਣ ਲੱਗਿਆ ਹੁਣ ਤੇਰੇ ਗੱਲਬਾਤ ਕਰਚਾ। ਬਈਆ ਕੀ ਨਾਂ ਤੁਹਾਡਾ? ਮੇਰਾ ਨਾਂ ਸਰ ਕਮਲ ਕੁਮਾਰ। ਕਮਲ ਜੀ, ਕਮਲ ਜੀ ਤੁਸੀਂ ਇੱਥੇ ਹਸਪਤਾਲ ਆ ਦੇ ਅੱਜ ਮੈਡੀਕਲ ਕਾਲਜ ਅੱਜ ਆਏ ਦੇ, ਅਤੇ ਪਾਣੀ ਪੀਣ ਲੱਗੇ ਕੀ ਮਿਲਿਆ? ਪਾਣੀ ਮਾਰੇ ਗਰਮੀ ਹੈ, ਇਹੀ ਗੱਲ ਨਹੀਂ ਹੈ, ਇਹ ਨਾਲੇ ਜਵਾਨ ਜਾਈ ਥੋੜ੍ਹੀ ਜਿਹੀ ਕਿਹਾ ਮਜ਼ਾ ਬਣੀ ਜਾਣਾ, ਮੈਂ ਢਿੱਡ ਵੀਡੋ ਆ ਜਾਂਦਾ ਜਵਾਨ ਥੋੜ੍ਹੀ ਜਿਹਾ ਥੋੜ੍ਹਾ ਟੇਸਟ ਬਣੀ ਜਾਂਦਾ, ਠੰਡਾ ਪਾਣੀ ਨਹੀਂ ਮਿਲਣਾ ਇਹਦਾ, ਠੰਡਾ ਨਹੀਂ ਮਿਲਣਾ, ਉਹ ਨਹੀਂ ਹੈ ਨਹੀਂ ਹੈ ਜੀ। ਦੇਖੋ ਇਹ ਵੀ ਗਲਾ ਦੇ ਕਿ ਪਾਣੀ ਪੀਣੇ ਕੇ ਜਵਾਨ ਚਾਹੀ ਕਰਨਾ ਫਿਰ, ਤਾਂ ਕਿ ਢਿੱਡ ਵੀ ਠੀਕ ਹੋਈ ਹੈ। ਹੁਣ ਇੱਥੇ ਇੱਥੇ ਆ ਦੇ ਨੇ ਸ਼ਿਵ ਸੈਨਾ ਡੋਗਰਾ ਫਰੰਟ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਹੜੇ ਨਰਿੰਦਰ ਤਾਂਗੜੀ ਔਰ ਉਹਦੇ ਨਾਲ ਮਲਾਟੀ ਕਰਨੇ ਆ। ਨਰਿੰਦਰ ਜੀ ਤੁਸੀਂ ਵੀ ਅੱਜ ਇੱਥੇ ਮੈਡੀਕਲ ਕਾਲਜ ਆ ਦਿਓ, ਅਤੇ ਤੁਸੀਂ ਦੇਖਾ ਦਿੰਦੇ ਲੋਕ ਇੱਥੇ ਵਾਟਰ ਕੂਲਰ ਪਾਣੀ ਲੈ ਪੀਣ ਆਵਾਦੇ ਨੇ, ਅਤੇ ਕੀ ਹਾਲ ਵਾ ਉਹਦੇ ਕਰਨਾ? ਭਈਆ ਬਾਤ ਐਸਾ ਹੈ ਕਿ ਮਾਰਾ ਜੋ ਕਠੂਆ ਹੈ ਨਾ, ਉਹ ਐਸਾ ਹੈ ਕਿ ਕਠੂਆ ਕੇ ਅੰਦਰ ਇਹ ਸਭੀ ਇਸਕੋ ਬੋਲਦੇ ਹੈ ਸੋਨੇ ਕੀ ਚਿੜੀਆ, ਜੋ ਵੀ ਆਤਾ ਸੋਨੇ ਕੀ ਚਿੜੀਆ ਪੇ ਹਾਥ ਫੇਰਤਾ ਚਲਾ ਜਾਤਾ ਹੈ, ਲੇਕਿਨ ਡਿਵੈਲਪਮੈਂਟ ਕੇ ਨਾਮ ਪੇ ਬਹੁਤ ਬਹੁਤ ਬੜੇ ਦਾਅਵੇ ਗਵਰਨਰ ਸਾਹਿਬ ਨੇ ਵੀ ਕੀਏ ਔਰ ਹਮਾਰੀ ਕਠੂਆ ਐਡਮਿਨਿਸਟ੍ਰੇਸ਼ਨ ਵੀ ਕਰਤੀ ਆ ਰਹੀ ਹੈ। ਜਬ ਜੇ ਡਿਸਟ੍ਰਿਕਟ ਹੋਸਪਿਟਲ ਥਾ ਤਬ ਕੀ ਬਾਤ ਹੈ ਕਿ ਯਹਾਂ ਪੇ ਪਾਣੀ ਕਾ ਕਨੈਕਸ਼ਨ ਨਹੀਂ ਥਾ, ਔਰ ਹਮਾਰਾ ਇੱਕ ਸ਼ਿਵ ਸੈਨਾ ਕਾ ਕਾਰਯਕਰਤਾ ਪਾਣੀ ਲੈਣੇ ਕੇ ਲੀਏ ਵਹਾਂ ਪੇ ਪੀਰ ਬਾਬੇ ਟੈਂਕੀ ਪੇ ਗਿਆ ਥਾ, ਔਰ ਉਸਕੇ ਐਕਸੀਡੈਂਟ ਹੁਆ ਔਰ ਉਸਕੀ ਡੈਥ ਹੋ ਗਈ, ਉਸਕੇ ਬਾਅਦ ਇਹਨੋਨੇ ਪੀ ਐੱਚ ਈ ਕਾ ਕਨੈਕਸ਼ਨ ਲਿਆ। ਆਜ ਕੀ ਡੇਟ ਮੇ ਕਠੂਆ ਹੋਸਪਿਟਲ ਨਹੀਂ ਹੈ, ਜੇ ਜੀ ਐੱਮ ਸੀ ਹੈ ਔਰ ਬਹੁਤ ਬੜਾ ਨਾਮ ਹੈ, ਔਰ ਯਹਾਂ ਪੇ ਬਹੁਤ ਬੜੀਆ ਬਹੁਤ ਅੱਛੇ ਅੱਛੇ ਡਾਕਟਰ ਹੈ, ਸੁਵਿਧਾ ਅੱਛੀ ਹੈ, ਹਰ ਚੀਜ਼ ਅੱਛੀ ਹੈ, ਲੇਕਿਨ ਪੇਸ਼ੈਂਟ ਕੋ ਪਾਣੀ ਪੀਣੇ ਕੇ ਲੀਏ ਨਹੀਂ ਹੈ। ਮੈਂ ਜੇ ਐਡਮਿਨਿਸਟ੍ਰੇਸ਼ਨ ਸੇ ਪੁੱਛਣਾ ਚਾਹਤਾ ਹੂੰ, ਜੋ ਜੀ ਐੱਮ ਸੀ ਮੇ ਕੌਣ ਬੜੀ ਫੈਮਲੀ ਹੈ, ਜੋ ਪੈਸੇ ਵਾਲੀ ਫੈਮਲੀ, ਉਹ ਤਾਂ ਜੀ ਐੱਮ ਸੀ ਮੇ ਆਤੀ ਨਹੀਂ ਹੈ, ਉਹ ਤਾਂ ਜਾਤੀ ਹੈ ਪ੍ਰਾਈਵੇਟ। ਯਹਾਂ ਪੇ ਗਰੀਬ ਲੋਕ ਆ ਰਹੇ ਹੈ, ਉਹ ਗਰੀਬੋਂ ਕੋ ਆਪ ਪਾਣੀ ਨਹੀਂ ਦੇ ਰਹੇ ਤੋ ਮੈਡੀਸਨ ਕਹਾਂ ਸੇ ਦੋਗੇ ਬਾਈ? ਇਤਨੇ ਇਤਨੇ ਬੜੇ ਵਾਟਰ ਕੂਲਰ ਲਗਾਏ ਰੱਖੇ ਹੈ, ਪਾਣੀ ਹੈ ਨਹੀਂ ਉਸਮੇ, ਇੱਕ ਵਾਟਰ ਕੂਲਰ ਹੈ ਉਸਮੇ ਪਾਣੀ ਚਲਤਾ, ਇੱਕ ਘੰਟੇ ਮੇ 2 ਲੀਟਰ ਕੀ ਬੋਤਲ ਵਰਤੀ ਹੈ, ਔਰ 2 ਲੀਟਰ ਕੀ ਬੋਤਲ ਕਬ ਉਹ ਭਰੇਗਾ ਕਬ ਉਹ ਚਲੇਗਾ, ਔਰ ਯਹਾਂ ਪੇ ਬੋਰ ਹੋ ਰੱਖਾ ਹੈ, ਬੋਰ ਕਾ ਡਾਇਰੈਕਟ ਕਨੈਕਸ਼ਨ ਦੇ ਦਿਓ ਭਾਈ, ਨਾ ਚਲਾਓ ਵਾਟਰ ਕੂਲਰ, ਡਾਇਰੈਕਟ ਕਨੈਕਸ਼ਨ ਦੇ ਦਿਓ,
जहां हमें, मैं कहता हूं शिवसेना डोगरा फ्रंट की तरफ से कहता हूं, हम अडॉप्ट कर लेते हैं, पानी का जितना सिस्टम है हम अडॉप्ट कर लेते हैं, हमें दीजिए इसका, कोई पैसा नहीं लेंगे, कोई कुछ नहीं, हम यहां पे अडॉप्ट करने के लिए तैयार हैं। ऐसा करें कठुआ के अंदर जो जीएमसी हॉस्पिटल है, एक डेवलपमेंट कमेटी बनाई जाए, जो कि वो कमेटी ये सारा कार्य देखे। अब प्रिंसिपल सर हैं, प्रिंसिपल साहब इतना बढ़िया काम कर रहे हैं, कोई साहब ही नहीं, और लेकिन अकेला बंदा करेगा क्या? मेडिकल कॉलेज देखेगा या हॉस्पिटल देखेगा या बिल्डिंग देखेगा या रिपेयर का काम देखेगा? इस कारण एक डेवलपमेंट कमेटी जल्द से जल्द बनाई जाए, जो कि डेवलपमेंट कमेटी ही इसका सारा निर्माण करे। करोड़ों रुपए आते हैं हेल्थ डिपार्टमेंट के, करोड़ों रुपए आते हैं, लेकिन जहां फ्रिज वाटर कूलर नहीं लगाए गए पानी के लिए, लोगों को बड़ी सुविधा हो रही है, बहुत ज्यादा असुविधा आ रही है। मैंने आपको पहले बोला कठुआ एक सोने की चिड़िया है, जो आता है हाथ फेर के चला जाता है। पैसा तो बहुत है गवर्नमेंट के पास, करवाने वाला कोई नहीं है, इसीलिए मैं कह रहा हूँ एक डेवलपमेंट कमेटी बनाई है। जैसे कि 1982 में एक कमेटी बनी थी, डेवलपमेंट कमेटी थी, शहर के कुछ लोग थे उसमें। आज की डेट में उस कमेटी में जितने भी मेंबर थे उनकी डेथ हो चुकी है, कमेटी का कोई मेंबर नहीं है। अब नई कमेटी बनाने की इनको चाहिए कि बनाई जाए। मैं डीसी साहब से भी रिक्वेस्ट करूंगा कि जहाँ पे कमेटी बनाई है, जो ये छोटी छोटी पानी की समस्या है, सफाई की समस्या है, वॉशरूम की समस्या है, ये वो हल करें। धन्यवाद। देखो ये है शिवसेना डोगरा फ्रंट के जिला अध्यक्ष नरेंद्र तांगड़ी, और ये देखो, ये लोग, ये देखो पानी पी रहे हैं, पर देख सकते हैं आप फ्रिज की हालत कैसी है, गर्म पानी आ रहा है इसमें से। सब जो भी पेशेंट इधर आते हैं पानी पीने आते हैं, तो देखो गर्म पानी, कौन पानी पिएगा? ये हमारी सरकारी हॉस्पिटल की हालत है, कोई नहीं इधर बोलता, जो भी बोलता तो उसको, उसके ऊपर कोई कार्रवाई हो जाती है सर। ठीक है, देखो किन्ने लोग तंग आ जाए ना, गर्मियों दिन भी इतना मेडिकल कॉलेज ठंडा पानी मरीजें नहीं मिलते, तो मरीजों का क्या हाल होना। इतना एक और खड़ोते उनके कहने गल करके, क्या नाम थोड़ा? मेरा नाम मोहन लाल है। मोहन जी, थोड़े सुने से पेशेंट है कोई हॉस्पिटल आया? हाँ, साढ़े पेशेंट आए, मेरी मिसेज है जी। क्या परेशानी थोड़ी सब ज्यादा आवाज? परेशानी ज्यादा पानी दी है जी, पानी परेशानी, पानी दी ज्यादा परेशानी है, परेशानी जी है, पानी नहीं मिलता। अच्छा, जे राती बराती नवी बिल्डिंग बनी दी जी है, उपरा सर्जरी वार्ड इतना उठी आना, चिर भैं मरीज मरी आ पानी बगैर। अच्छा, पानी है नहीं, फ्रिज है ना, पानी है नहीं, मतलब वाटर कूलर लगे, लेकिन पानी, वाटर कूलर लगे दे पर इन चलते नहीं। देखो जेड़ा भी इत्थे आवा दा वाटर कूलर हथ लाता है, चली जाता बेचारा, कहता पानी गर्म है। तो अस गलाने के अगर वाटर कूलर आया गर्म पानी च, कन्नै अजवाइन दी पूड़ियां तो रखड़ो, कम से कम बंदा खा ढिड पीड़े दूर हो गया। अस जिला प्रशासन अगर अपील करने कि इस तरफ ध्यान दिते जाए, ताकि जो मरीज कन्नै लोग आते भी ज़्यादा परेशान नहीं हो, मरीज परेशान नहीं हो, जिन्हें पीने का पानी शैल इतने मिली है। बट मी लगा कि मेडिकल जरा कॉलेज कठुआ जरा है, ये ज़्यादा जिन्हें कंटीन इतनी हैं उनके बारे ज़्यादा सोचा है, लेकिन पानी जरा कि बोतल उ ठंडी बोतल ला फ्रिज दियाँ, उनके बोतल बिकनिया, लेकिन इतना पानी पीना नहीं मिलना उसने। एडमिनिस्ट्रेशन अगर फिर अपील करने
ਮੈਡੀਕਲ ਕਾਲਜ ਪ੍ਰਸ਼ਾਸਨ ਅਪੀਲ ਕਰਨੇ ਆ ਕਿ ਜਲਦ ਕੋਲਾ ਜਲਦ ਇਹ ਜਿਹੜੇ ਵਾਟਰ ਕੂਲਰ ਠੀਕ ਕੀਤੇ ਜਾਣ, ਉਹਦੇ ਪਾਣੀ ਪਾਇਆ ਜਾਏ ਤਾਂ ਕਿ ਲੋਕਾਂ ਨੂੰ ਸ਼ੈਲ ਠੰਡਾ ਪਾਣੀ ਮਿਲੇ ਪੀਣ ਵਾਸਤੇ। ਤੁਸੀਂ ਦੇਖਦੇ ਰਹੋ SB ਕਠੂਆ।